ਅੰਮ੍ਰਿਤ ਮਾਨ ਐਂਡ ਨੀਰੂ ਬਾਜਵਾ ਸਟਾਰਰ ਆਟੇ ਦੀ ਚਿੜੀ। ਜੇ ਗੱਲ ਕਰੀਏ ਅੰਮ੍ਰਿਤ ਮਾਨ ਦੀ ਤਾਂ ਚੰਨਾ ਮੇਰਿਆਂ ਤੋਂ ਫਿਲਮਾਂ ਦੇ ਵਿੱਚ ਡੈਬਿਊ ਕਰਨ ਵਾਲੇ ਅੰਮ੍ਰਿਤ ਦੀ ਇਹ ਬਤੌਰ ਲੀਡ ਐਕਟਰ ਪਹਿਲੀ ਫਿਲਮ ਹੋਵੇਗੀ। ਨੀਰੂ ਅੰਮ੍ਰਿਤ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਵੇਤਰਨ ਐਕਟਰ ਸਰਦਾਰ ਸੋਹੀ ਜੀ ਵੀ ਨਜ਼ਰ ਆਉਣਗੇ। ਭਾਈ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਲਾਕੇ ਚ ਇੱਕ ਨਾ ਓਪਰਾ ਜਿਹਾ ਬੰਦਾ ਤੁਰਿਆ ਫਿਰਦਾ, ਉਹ ਕਹਿੰਦਾ ਮੇਰੀ ਚਿੜੀ ਗਵਾਚ ਗਈ। ਜੇ ਕਿਸੇ ਨੂੰ ਚਿੜੀ ਦੀ ਖਬਰਸਾਰ ਮਿਲੇ ਭਾਈ ਇੱਥੇ ਇਤਲਾਹ ਕਰੇ ਸਾਡੇ ਕੋਲੇ, ਉਹਨੂੰ ਇਨਾਮ ਦੇ ਵਿੱਚ ਸ਼ਾਬਾਸ਼ ਦਿੱਤੀ ਜਾਊਗੀ। ਵੈਲਕਮ ਟੂ ਟਾਈਮਸ ਪੰਜਾਬ ਟੀਵੀ, ਹਮ ਆਪਕੋ ਮਿਲਵਾਨੇ ਜਾ ਰਹੇ ਹੈਂ ਇੱਕ ਫੇਮਸ ਸਿੰਗਰ ਅੰਮ੍ਰਿਤ ਮਾਨ ਜੀ ਸੇ। ਤੋ ਚਲੀਏ ਉਨਸੇ ਜਾਣਤੇ ਹੈਂ ਉਨਕੇ ਵਿਊਜ਼। ਹੈਲੋ ਸਰ, ਵੈਲਕਮ ਟੂ ਟਾਈਮਸ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ, ਟਾਈਮਸ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਆਪ ਇਹ ਬਤਾਈਏ, ਆਪ ਸਿੰਗਿੰਗ ਲਾਈਨ ਮੇਂ ਆਪ ਇਤਨੇ ਟੈਲੈਂਟਡ ਹੈ ਔਰ ਅਬ ਆਪ ਐਕਟਿੰਗ ਲਾਈਨ ਮੇਂ ਵੀ ਆ ਚੁੱਕੇ ਹੈਂ, ਤੋ ਇਹ ਆਪਕੋ ਇੰਟਰਸਟ ਕਬ ਸੇ ਡਿਵੈਲਪ ਹੋਆ? ਆਈ ਥਿੰਕ ਜਦੋਂ ਕਿਸੇ ਚੀਜ਼ 'ਚ ਆਪਾਂ ਪੈਣੇ, ਸਿਆਣੇ ਕਹਿੰਦੇ ਰਾਹ ਪਏ ਜਾਣੀ ਹੈ, ਵਾਹ ਪਏ ਜਾਣੀ ਹੈ। ਜਿਵੇਂ ਜਿਵੇਂ ਫੀਲਡ ਦੇ ਵਿੱਚ ਅੱਗੇ ਗਰੋ ਕਰੀ ਗਏ, ਪਰਮਾਤਮਾ ਨੇ ਸਿਰ 'ਤੇ ਹੱਥ ਰੱਖਿਆ, ਡਿਸੀਜਨ ਸਾਰੇ ਸਹੀ ਗਏ, ਸਾਰੇ ਪੱਤੇ ਪਰਮਾਤਮਾ ਨੇ ਸਾਰੇ ਸਹੀ ਥਾਂ ਥਾਂ ਸੈੱਟ ਕਰਤੇ। ਪਹਿਲਾਂ ਐਜ਼ ਅ ਲਿਰਿਸਿਸਟ ਐਂਟਰੀ ਹੋਈ, ਦਲਜੀਤ ਭਾਅ ਜੀ ਨੇ ਗੀਤ ਗਾਇਆ, ਫਿਰ ਖੁਦ ਸਿੰਗਰ ਬਣੇ, ਉਹ ਵੀ ਬਹੁਤ ਪਿਆਰ ਦਿੱਤਾ ਸਾਰਿਆਂ ਨੇ। ਫਿਰ ਹੁਣ ਐਕਟਿੰਗ ਦੇ ਵਿੱਚ ਅੰਨਾ ਮੇਰਾ ਦੇ ਵਿੱਚ ਮੇਰਾ ਜਿਹੜਾ ਐਕਟ ਸੀ ਬਹੁਤ ਪਸੰਦ ਕੀਤਾ ਗਿਆ, ਬਹੁਤ ਮੈਸੇਜ ਆਏ। ਲੌਂਗ ਲਾਚੀ ਦੇ ਵਿੱਚ ਕੈਮੀਓ ਸੀਗਾ, ਹੁਣ ਮੇਨ ਲੀਡ ਐਜ਼ ਅ ਲੀਡ ਆਟੇ ਦੀ ਚਿੜੀ 'ਚ ਕੰਮ ਕਰਨ ਦਾ ਮੌਕਾ ਮਿਲਿਆ। ਬੜੀ ਪਿਆਰੀ ਫਿਲਮ, ਹੈਰੀ ਪੱਟੀ ਬਾਈ ਨੇ ਡਾਇਰੈਕਟ ਕੀਤੀ, ਰਾਜੂ ਬਾਈ ਨੇ ਲਿਖੀ। ਸੋ ਇੱਦਾਂ ਦੀ ਫਿਲਮਾਂ ਕਰਨਾ ਮੇਰੇ ਲਈ ਮੈਨੂੰ ਮਾਣ ਵਾਲੀ ਗੱਲ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਿਆ। ਸਰ, ਇਸ ਤੋਂ ਪਹਿਲਾਂ ਆਪ ਕਿਸ ਕਿਸ ਮੂਵੀਜ਼ ਮੇਂ ਕੰਮ ਕਰ ਚੁੱਕੇ ਹੈ? ਇਸ ਤੋਂ ਪਹਿਲਾਂ ਜੀ ਚੰਨਾ ਮੇਰਾ, ਮੇਰੀ ਫਿਲਮ ਜਿਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਦੱਸ ਚੁੱਕਿਆ ਕਿ ਗ੍ਰੇ ਸ਼ੇਡ ਮੇਰਾ ਕਰੈਕਟਰ ਸੀਗਾ, ਉਸ ਤੋਂ ਬਾਅਦ ਲੌਂਗ ਲੱਚ ਦੇ ਵਿੱਚ ਮੇਰਾ ਕੈਮੀਓ ਸੀਗਾ, ਅਤੇ ਫਿਰ ਹੁਣ ਆਟੇ ਦੀ ਚਿੜੀ ਦੇ ਵਿੱਚ ਮੈਂ ਲੀਡ 'ਤੇ ਹਾਂ ਜੀ। ਤੋ ਆਪਕੋ ਇੰਟਰਸਟ ਜ਼ਿਆਦਾ ਕਿਸ ਮੇਂ ਆਪਕਾ ਡਿਵੈਲਪ ਹੋਤਾ ਹੈ, ਸਿੰਗਿੰਗ ਲਾਈਨ ਔਰ ਐਕਟਿੰਗ ਲਾਈਨ? ਸਭ ਤੋਂ ਜ਼ਿਆਦਾ ਤਾਂ ਮੈਨੂੰ ਲਿਖਣ ਦਾ ਬਹੁਤ ਸ਼ੌਂਕ ਹੈ ਜੀ, ਐਜ਼ ਅ ਲਿਰਿਸਿਸਟ। ਮੈਨੂੰ ਐਂ ਲੱਗਦਾ ਉਸ ਚੀਜ਼ ਨੇ ਮੈਨੂੰ ਰੋਜ਼ੀ ਰੋਟੀ ਦਾ ਜ਼ਰੀਆ ਉਸ ਚੀਜ਼ ਬਣੀ ਹੈ। ਸੋ ਜਿਹੜੀ ਚੀਜ਼ ਆਪਣੀ ਰੋਜ਼ੀ ਰੋਟੀ ਦਾ ਜ਼ਰੀਆ ਹੋਵੇ, ਉਹਨੂੰ ਥੋੜ੍ਹਾ ਜਿਹਾ ਜਿਵੇਂ ਬੱਚੇ, ਮਾਵਾਂ ਬੱਚੇ ਸਾਰੇ ਬਰਾਬਰ ਹੁੰਦੇ ਆ, ਪਰ ਕਿਤੇ ਹੁੰਦਾ ਕਿ ਜਿਹੜੇ ਅਟੈਚਮੈਂਟ ਜਿਹਨੂੰ ਮੈਂ ਕਹਿ ਸਕਦਾ ਮੇਰੀ ਲਿਰਿਕਸ ਨਾਲ ਜ਼ਿਆਦਾ ਆ, ਉਸ ਤੋਂ ਬਾਅਦ ਸਿੰਗਿੰਗ ਅਤੇ ਐਕਟਿੰਗ 'ਚ ਦੋਨੇ ਚੀਜ਼ਾਂ ਬਹੁਤ ਮਿਹਨਤ ਮੰਗਦੀਆਂ ਜੀ। ਸੋ ਦਿਨ ਰਾਤ ਲੱਗੇ ਰਹੀਦਾ। ਤੋ ਅਭੀ ਆਪਕੀ ਜੋ ਮੂਵੀ ਆ ਰਹੀ ਹੈ ਆਟੇ ਦੀ ਚਿੜੀ, ਆਈ ਥਿੰਕ ਇਹ ਬਹੁਤ ਯੂਨੀਕ ਸਾ ਨੇਮ ਇੱਕ ਮੂਵੀ ਕਾ, ਜੋ ਆਈ ਥਿੰਕ ਅਭੀ ਪਹਿਲੇ ਪੰਜਾਬੀ ਇੰਡਸਟਰੀ ਮੇਂ ਹਮਨੇ ਕਭੀ ਸੁਨਾ ਨਹੀਂ। ਤੋ ਇਸ ਮੂਵੀ ਮੇਂ ਆਪਕਾ ਕਿਸ ਟਾਈਪ ਕਾ ਰੋਲ ਹੈ? ਆਟੇ ਦੀ ਚਿੜੀ ਫਿਲਮ ਸਾਫ਼ ਸੁਥਰੀ ਫਿਲਮ, ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਫਿਲਮ, ਆਪਣੇ ਕਲਚਰ ਦੀ ਗੱਲ ਕਰਦੀ, ਆਪਣੇ ਰਿਸ਼ਤੇ ਨਾਤਿਆਂ ਦੀ ਗੱਲ ਕਰਦੀ। ਮੇਰਾ ਕਰੈਕਟਰ ਇੱਕ ਬੰਦਾ ਬੇਫਿਕਰਾ ਜਿਹਾ ਬੰਦਾ, ਜਿਹਨੂੰ ਕੋਈ ਬਾਹਲੀ ਫਿਕਰ ਨਹੀਂ ਗੀ, ਵਾਈਫ ਨੂੰ ਕਹਿੰਦੀ ਹੈ ਵੀ ਭਾਈ ਕੰਮ ਕਰ ਲਾ, ਕੁਛ ਬਣ ਜੂਗਾ, ਬਟ ਇੰਨੇ ਪੋਜ਼ਿਟਿਵ ਹੈ, ਨੈਗੇਟਿਵ ਨਹੀਂ ਹੈ। ਸੋਚਦਾ ਪਰਿਵਾਰ ਦਾ ਚੰਗਾ ਹੀ ਆ ਉਹ, ਪਰ ਉਹਦਾ ਨੇਚਰ ਇੱਦਾਂ ਦਾ ਕਿ ਉਹ ਹਾਸੇ ਵਾਲੀ ਸਿਚੁਏਸ਼ਨ ਕ੍ਰੀਏਟ ਕਰ ਲੈਂਦਾ ਆਪਦੇ ਆਲੇ ਦੁਆਲੇ। ਸੋ ਇੱਕ ਭੋਲਾ ਇਨਸਾਨ ਜਿਹਦੇ ਦਿਲ ਵਿੱਚ ਕੁਛ ਨਹੀਂ ਹੈ, ਜਿਹਦਾ ਦਿਲ ਬਹੁਤ ਸਾਫ਼ ਹੈ, ਉੱਦਾਂ ਦਾ ਕਰੈਕਟਰ ਪਲੇ ਕੀਤਾ। ਤੋ ਇਸ ਮੂਵੀ ਮੇਂ ਮੇਨਲੀ ਇੱਕ ਮੈਸੇਜ ਕਿਆ ਹੈ ਲੋਕਾਂ ਕੇ ਲਈ? ਮੈਸੇਜ ਇਹ ਹੈ ਕਿ ਜਿਵੇਂ ਬੱਚੇ ਆਟੇ ਦੀ ਚਿੜੀ ਮਾਂ ਆਪਾਂ ਨੂੰ ਨਿੱਕਿਆਂ ਨੂੰ ਦੇ ਕੇ ਆਪਾਂ ਨੂੰ ਚੁੱਪ ਕਰਾ ਦਿੰਦੀ ਸੀ, ਜਿਹੜਾ ਪਰ ਹੁੰਦੇ ਸੀ ਕਿ ਉਹਨਾਂ ਦੇਰ ਉਹ ਆਪਣਾ ਕੰਮ ਕਰ ਲਵੇ। ਇਵੇਂ ਹੀ ਇੱਕ ਮਾਂ ਆਪਣੀ ਧਰਤੀ ਮਾਂ ਹੈ, ਇੱਕ ਮਾਂ ਆਪਣੀ ਉਹਦੇ ਨਾਲ ਆਪਣਾ ਸਹਿਚਾਰ ਆਪਣੇ ਮਾਂ ਪਿਓ ਨਾਲ ਇੱਕ ਰਿਸ਼ਤੇ ਨਾਤਿਆਂ 'ਚ ਕੀ ਬੌਂਡਿੰਗ ਹੋਣੀ ਚਾਹੀਦੀ, ਆਪਣੇ ਬੱਚੇ ਪ੍ਰਤੀ ਕੀ ਰਿਸਪੋਂਸਿਬਿਲਿਟੀਜ਼ ਹੋਣੀਆਂ ਚਾਹੀਦੀਆਂ, ਇੱਕ ਬੱਚੇ ਦੀਆਂ ਆਪਣੇ ਫਾਦਰ ਪ੍ਰਤੀ ਕੀ ਹੋਣੀਆਂ ਚਾਹੀਦੀਆਂ, ਫਿਲਮ ਬਿਆਨ ਕਰਦੀ ਹੈ। ਦੂਜੀ ਚੀਜ਼ ਜਿਹੜੇ ਪੰਜਾਬ ਜੀ ਨੇ ਆਪਣੀ ਰੋਜ਼ੀ ਰੋਟੀ ਦਿੱਤੀ, ਪੰਜਾਬ ਨੇ, ਪੰਜਾਬੀ ਭਾਸ਼ਾ ਨੇ ਸਾਨੂੰ ਇੱਥੇ ਇੰਟਰਵਿਊ ਦੇਣ ਜੋਗੇ ਕਰਤਾ, ਤਾਂ ਆਪਣਾ ਪੰਜਾਬ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਉਹ ਇਸ ਫਿਲਮ 'ਚ ਦਿਖਾਈਆਂ ਗਈਆਂ। ਆਪਕੀ ਇਸ ਵਿੱਚ ਕੋ ਐਕਟਰ ਹੈ ਨੀਰੂ ਬਾਜਵਾ ਜੀ, ਉਨਕਾ ਬਹੁਤ ਫੇਮਸ ਪਰਸਨੈਲਿਟੀ ਹੈ ਹਮਾਰੀ ਪੰਜਾਬੀ ਮੂਵੀਜ਼ ਇੰਡਸਟਰੀ ਕੀ, ਉਨਕੇ ਸਾਥ ਆਪਕਾ ਇੱਕ ਕੈਸਾ ਰਿਹਾ ਐਕਸਪੀਰੀਅੰਸ ਉਨਕੇ ਸਾਥ ਵਰਕ ਕਰਨਾ? ਕੁਈਨ ਆਫ ਬਾਲੀਵੁੱਡ ਆਈ ਮਸਟ ਸੇ, ਪਿਛਲੇ 20 ਸਾਲ ਤੋਂ ਆਪਣੇ ਆਪ ਨੂੰ ਮੇਨਟੇਨ ਉਸ ਲੈਵਲ 'ਤੇ ਕੀਤਾ ਹੋਇਆ ਕਿ ਅੱਜ ਵੀ ਸੁਪਰ ਸਟਾਰ ਨੇ, ਪਰਮਾਤਮਾ ਹਾਲੇ 20 ਹੋਰ ਜਿੰਨੀਆਂ ਵੀ ਰਹਿੰਦੀ ਦੁਨੀਆਂ ਸਿਨੇਮਾ ਰਹੇ, ਮੈਂ ਚਾਹੁੰਦਾ ਕਿ ਉਹ ਹਿੱਸਾ ਰਹਿਣ, ਕੋਜ਼ ਇੰਨਾ ਕੁਛ ਦਿੱਤਾ ਉਹਨਾਂ ਨੇ ਉੱਥੋਂ ਦੇ ਜੰਪਲ ਨੇ ਕੈਨੇਡਾ ਦੇ, ਬਟ ਪੰਜਾਬੀ ਫਿਲਮਾਂ ਕਰ ਰਹੇ ਨੇ, ਪੰਜਾਬੀਅਤ ਨੂੰ ਪ੍ਰਮੋਟ ਕਰ ਰਹੇ ਨੇ, ਸੋ ਇਹ ਇੱਦੋਂ ਵੱਡੀ ਗੱਲ ਨਹੀਂ ਹੋ ਸਕਦੀ ਕੋਈ। ਉਹਨਾਂ ਨਾਲ ਐਕਸਪੀਰੀਅੰਸ ਬਹੁਤ ਵਧੀਆ, ਕਾਫੀ ਕੁਛ ਸਿੱਖਣ ਨੂੰ ਮਿਲਿਆ, ਪ੍ਰੋਫੈਸ਼ਨਲਿਜ਼ਮ, ਮੈਨੇਜ ਕਿੱਦਾਂ ਹੁੰਦੀਆਂ ਚੀਜ਼ਾਂ। ਐਂਡ ਸੈਕਿੰਡ ਥਿੰਗ, ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ, ਮੈਨੂੰ ਗਰਾਊਂਡ ਦਿੱਤਾ ਟੂ ਐਕਸਪ੍ਰੈਸ ਮਾਈ ਸੈਲਫ ਕਿ ਕੋਈ ਗੱਲ ਨਹੀਂ, ਤੁਸੀਂ ਐਕਟ ਕਰੋ, ਫਿਕਰ ਨਾ ਕਰੋ, ਨਰਵਸ ਹੋਣ ਦੀ ਕੋਈ ਲੋੜ ਨਹੀਂ, ਜੋ ਵੀ ਚੀਜ਼ ਫਿਲਮ ਲਈ ਚੰਗੀ ਹੈ ਯੂ ਸ਼ੁੱਡ ਡੂ ਇਟ। ਸੋ ਮੈਨੂੰ ਬੜਾ ਪ੍ਰੋਤਸਾਹਨ ਮਿਲਿਆ ਇਹ ਗੱਲ ਸੁਣ ਕੇ।
एज योर सिंगर वन इम्पॉर्टेंट क्वेश्चन वी वॉन्ट टू आस्क कि अब जैसे आजकल के कई सिंगर्स हैं वो कुछ सॉन्ग्स ऐसे बोलते हैं जिसमें थोड़ा सा नशे को प्रमोशन मिलता है, तो आपका उस बारे में क्या कहना है? मेरा उस बारे ये कहना है जी, देखो हर एक चीज़ का एक टाइम होंगे, एक मूड होंगे। आप विआह दे विच जदों गाने प्ले करते हैं, नचते हैं, वो अपना एक मूड होंगे पर्टिकुलर टाइम लिए। गाने ते फिल्मां हुण शोले फिल्म जिदा काफ़ी आर्टिस्ट भी आप देखी, शोले फिल्म किड्डी वड्डी फिल्म है पर गब्बरू देख के कोई गब्बर नहीं बनया। तो मैं मेरे कहने का मतलब है कि हर एक चीज़ का एक टाइम होंगे, हर एक चीज़ का एक मूड है। विआह दे विच जे पैग लग रहे हैं तो बंदा नच लैंदा जी 10 मिनट, कहना चलो इंजॉय कर लो। हमेशा चीज़ को इंटेंस वे नाल नहीं देखना चाहिए, लाइट वे भी होंगे थोड़ा जहा लाइफ का। अपना मूड वधिया होंगे, जरूरी नहीं होंगे आप गंडासा लैके किसी का कतल करने चले होंगे पर फीलिंग गाना सुन लीजिए गड्डी। सो सब तो पहला यह है कि जे आप शराब तो गंडासा की जे इन्हों की गल करते हैं, जो चीज़ें ही बैन हो जाए फिर बंदा गीत भी कहते गाऊगा, फिर ना गावे, है ना? मेरे कहने का मतलब भी फिर बंदा ना गावे जे चीज़ा बैन हो। जे चीज़ा अपनी सोसायटी एग्जिस्ट कर दें तो इस चीज़ों बारे गल होंगी है। सो वो चीज़ आप जो सोसायटी कुछ चीज़ें इदा आदि, सोसायटी अपोज भी करती है, सपोर्ट भी करती है, तो दोनों चीज़ें मेरी मिक्स फीलिंग है इस बारे। तो आपकी आने वाली म्यूजिक एल्बम्स कौन कौन सी हैं उसके बारे में? हाँ जी, मेरिया हूँ आटे की चिड़ी जोड़ा सब तो व्डा प्रोजेक्ट मेरे लिए, जिदे दिन रात किया हो प्रमोट लिए पहला कम लिए, उस तो बाद मेरे गाने सिंगल ट्रैक 2-3 बैक टू बैक आ रहे हैं, तो उस तो बाद एक एल्बम प्लैन कर रहे हैं। होपफुली अमृत मान तुम्हें अगले 6-7 महीने बैक टू बैक स्क्रीन पर दिसूगा। थैंक यू सो मच सर हमें अपना प्रेशियस टाइम देने के लिए। तो ये से हमारे साथ अमृत मान जी, जिन्होंने हमें अपनी आने वाली मूवी आटे दी चिड़ी के बारे में अपने व्यू शेयर किए। ए जिनू का पापा कौन छमिया का फोन वो तो ना है ना फोन भी छमिया समझ कर उठा रही नहीं, जिंदगी झगड़ा तक का ढोल बन गई तो हम कौन सा खुशबानी। थैंक यू सो मच जी, सब तो पहला सारे स्रोतियां नू जेडे कि टाइम्स पंजाब चैनल देख रहे ने, सारे दर्शकों नू मेरे वल्लों प्यार भरी सत श्री अकाल आदाब। बहुत चंगा लगा कि तुसी साड़ी प्रेस कॉन्फ्रेंस में पहुँचे, हर जगह पर चैनल पहुँचता है, बहुत मान की गल है। थैंक यू मैम। मैम अपने बारे में कुछ बताइए, आप इससे पहले कौन कौन सी मूवीज में काम कर चुकी हैं? इससे पहले कैरी ऑन झंडा, टॉर मित्रा दी, व्याह 70 किलोमीटर, रामा फेरे, सिंग इज बिंग, और मेरा शो प्रीतो टॉप 10 काफ़ी मकबूल हुआ। लगभग 17 पंजाबी फिल्मों में मैंने काम किया है, और इसके अलावा शो था प्रीतो टॉप 10 जो काफ़ी मकबूल हुआ था। सो अब मेरी फिल्म आटे दी चिड़ी है, इसके बाद सल्यूट आ रही है, किटी पार्टी आ रही है, काफ़ी सारी फिल्में भी लाई हैं। तो मैम अब ये जो मूवी आ रही है इसका नेम ही बिल्कुल डिफरेंट है, बिल्कुल डिफरेंट कॉन्सेप्ट है, तो इसके बारे में, इसमें आपका रोल क्या है इस मूवी में? आटे दी चिड़ी में मैंने बहुत अलग सा करेक्टर अदा किया है इस बार, इसमें मैंने एक बिहारी लड़की का रोल अदा किया है। तो ये पहली बार है कि किसी भी पंजाबी फिल्म में कोई बिहारी करेक्टर जो है वो इंट्रोड्यूस किया गया जी, और करमजीत अनमोल जी के ऑपोजिट है मेरा ये करेक्टर। तो अभी ये जो कह रहे हैं पीछे से आवाज़ आ रहा है कि अपना भाषा में बात करो, तो टाइम पंजाब चैनल देखने सभी लोग जो है ना, हम आपसे गुजारिश कर रहे हैं, देखो आप लोग सरसों का साग और बक्की का रोटी तो बहुत ही खाता है पर दाल भात कभी नहीं ना खाया, हम फिल्म में बनाए हैं आप ही लोगों के लिए, अगर नहीं खाए ना तो हम चुन्नू के पापा को लेकर वापस बिहार चले जाएंगे। हाँ मैम, ये लैंग्वेज आपको सिखाई किसने? ये भाषा जो है हमका आवत रही, सिखाया किसी ने नहीं है। तो ऑल द वेरी बेस्ट मैम फॉर दिस मूवी। थैंक यू सो मच मैम। कैमरामैन अमनदीप के साथ शिप्रा पसरीजा, टाइम्स पंजाब टीवी।